ਕੱਲ ਮੋਦੀ ਸਰਕਾਰ ਨੇ ਜਿਹੜਾ ਆਪਣੇ ਇਸ ਸੈਸ਼ਨ ਦਾ ਅੰਤਰਿਮ ਬਜਟ ਪੇਸ਼ ਕੀਤਾ ਸੀਗਾ, ਜਿਹਦੇ ਵਿੱਚ ਕਿ 6,000 ਰੁਪਇਆ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਸਲਾਨਾ ਆਮਦਨ ਦੇ ਤੌਰ 'ਤੇ ਦਿੱਤਾ ਜਾਏਗਾ। ਜਿਹੜੇ ਛੋਟੇ ਕਿਸਾਨ ਨੇ ਅਤੇ ਉਹ ਬਹੁਤ ਹੀ ਘਟੀਆ ਕਿਸਮ ਦਾ ਇੱਕ ਮਜ਼ਾਕ ਹੈ, ਜਿਹਦੇ ਵਿੱਚ ਉਹਨਾਂ ਨੂੰ 17 ਰੁਪਏ ਪਰ ਦਿਨ ਮਿਲ ਰਹੇ ਆ। ਅਤੇ ਮੈਨੂੰ ਲੱਗਦਾ ਇੰਨੇ ਕੁ ਕਿਸਾਨ ਜਿਹੜੇ ਸਾਡੇ ਦੇਸ਼ ਦੇ ਕਿਸਾਨ ਨੇ ਇੰਨੇ ਕੁ ਕੈਪੇਬਲ ਹੈਗੇ ਨੇ, ਇੰਨੇ ਕੁ ਯੋਗ ਹੈਗੇ ਨੇ ਕਿ ਇੰਨੀ ਕੁ ਆਮਦਨ ਉਹ ਖੁਦ ਕਰ ਸਕਦੇ ਨੇ। ਸੋ ਇਹ ਬਹੁਤ ਹੀ ਘਟੀਆ ਕਿਸਮ ਦਾ ਜਿਹੜਾ ਮਜ਼ਾਕ ਹੈ ਮੋਦੀ ਸਰਕਾਰ ਵੱਲੋਂ ਸਾਡੇ ਦੇਸ਼ ਦੇ ਕਿਸਾਨਾਂ ਦੇ ਨਾਲ ਕੀਤਾ ਗਿਆ। ਖਹਿਰਾ ਸਾਹਿਬ ਬਠਿੰਡਾ ਤੋਂ ਚੋਣ ਲੜ ਰਹੇ ਨੇ ਜਾਂ ਨਹੀਂ, ਪਰ ਜੇਕਰ ਖਹਿਰਾ ਸਾਹਿਬ ਬਠਿੰਡੇ ਦੇ ਵਿੱਚ ਆ ਰਹੇ ਨੇ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜਿਹੜੇ ਬਠਿੰਡੇ ਦੇ ਲੋਕ ਨੇ ਉਹਨਾਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਨੇ, ਅਤੇ ਲੋਕ ਵੀ ਚਾਹੁੰਦੇ ਨੇ ਕਿ ਖਹਿਰਾ ਸਾਹਿਬ ਇੱਥੇ ਆ ਕੇ ਚੋਣ ਲੜਨ। ਬਾਕੀ ਜੇਕਰ ਬਾਦਲ ਪਰਿਵਾਰ ਦੀ ਗੱਲ ਕਰੀਏ, ਬੀਬੀ ਹਰਸਿਮਰਤ ਕੌਰ ਬਾਦਲ ਜੀ ਦੀ ਗੱਲ ਕਰੀਏ, ਤਾਂ ਜਿਹੜਾ ਮਾਹੌਲ ਇਸ ਵਕਤ ਬਠਿੰਡਾ ਕੌਨਸਟੀਟੂਐਂਸੀ ਦੇ ਵਿੱਚ ਬਣਿਆ ਹੋਇਆ, ਲੋਕ ਸਭਾ ਸੀਟ 'ਤੇ ਬਣਿਆ ਹੋਇਆ, ਤਾਂ ਇੱਥੋਂ ਭੱਜ ਰਹੇ ਨੇ ਕਿਉਂਕਿ ਇੱਥੇ ਉਹ ਲੋਕਾਂ ਦਾ ਰਿਸਪੋਂਸ ਦੇਖ ਚੁੱਕੇ ਨੇ। ਲੋਕ ਉਹਨਾਂ ਦਾ ਸਾਥ ਨਹੀਂ ਦੇ ਰਹੇ, ਲੋਕ ਉਹਨਾਂ ਦੀ ਕਾਰਜਗਾਰੀ ਤੋਂ ਅੱਕੇ ਪਏ ਨੇ। ਸੋ ਇੱਥੇ ਉਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਊਗਾ, ਜਿਸ ਦੇ ਕਰਕੇ ਉਹ ਫਿਰੋਜ਼ਪੁਰ ਸੀਟ ਜਾ ਰਹੇ ਨੇ ਮੈਂ ਸੁਣਿਆ। ਹਾਲੇ ਸਾਡੀ ਜਿਹੜੇ ਲੋਕ ਸਭਾ ਚੋਣਾਂ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਪੰਜਾਬੀ ਏਕਤਾ ਪਾਰਟੀ ਦੇ ਵੱਲੋਂ, ਉਸ ਦੇ ਸੰਬੰਧ ਦੇ ਵਿੱਚ ਪਹਿਲੀ ਮੀਟਿੰਗ ਕੀਤੀ ਜਾ ਰਹੀ ਹੈ ਫਰੀਦਕੋਟ ਹਲਕੇ ਦੇ ਵਿੱਚ ਮਾਸਟਰ ਬਲਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ। ਲੋਕਾਂ ਵੱਲੋਂ ਬਹੁਤ ਜ਼ਿਆਦਾ ਵਧੀਆ ਰਿਸਪੋਂਸ ਮਿਲ ਰਿਹਾ, ਭਰਵਾਂ ਹੁੰਗਾਰਾ ਮਿਲ ਰਿਹਾ ਹੈਗਾ। ਇਹ ਗੱਲ ਮੰਨਦੇ ਹਾਂ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ ਕਿਉਂਕਿ ਇੱਕ ਨਵੀਂ ਸ਼ੁਰੂਆਤ ਹੋਈ ਆ ਪਾਰਟੀ ਦੀ, ਪਰ ਲੋਕ ਬਹੁਤ ਵਧੀਆ ਰਿਸਪੋਂਸ ਦੇ ਰਹੇ ਨੇ। ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਉਣਾ ਚਾਹੁੰਦੇ ਨੇ, ਤਾਂ ਕਿ ਜਿਹੜਾ ਸਾਡਾ ਪੰਜਾਬ ਨਿਗਾਰਦੇ ਵੱਲ ਜਾ ਰਿਹਾ, ਮਾੜੇ ਹਾਲਾਤਾਂ ਦੇ ਵੱਲ ਜਾ ਰਿਹਾ, ਇਹਨਾਂ ਸਾਰੇ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਕੱਢਿਆ ਜਾ ਸਕੇ, ਇਹਦੇ ਲਈ ਇੱਕ ਚੰਗੀ ਗਵਰਨੈਂਸ ਦੀ ਲੋੜ ਹੈ। ਅਤੇ ਉਹਦੇ ਕਰਕੇ ਹੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹੁਤ ਚੰਗੀ ਤਰ੍ਹਾਂ ਪੂਰਨ ਰੂਪ ਦੇ ਵਿੱਚ ਪੰਜਾਬੀ ਏਕਤਾ ਪਾਰਟੀ ਦਾ ਸਾਥ ਦੇ ਰਹੇ ਨੇ, ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦਾ ਸਾਥ ਦੇ ਰਹੇ ਨੇ। ਜਿਹੜੀਆਂ 2019 ਦੀਆਂ ਚੋਣਾਂ ਹੋਣਗੀਆਂ ਉਹਦੇ ਨਤੀਜਿਆਂ ਬਾਰੇ ਹਲੇ ਆਪਾਂ ਨਹੀਂ ਕੁਛ ਕਹਿ ਸਕਦੇ, ਪਰ ਸਾਡਾ ਕੰਮ ਹੈ ਸਿਰਫ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦਾ ਸਾਥ ਦੇਣਾ, ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੀਏ। ਅਤੇ ਇਸ ਦੇ ਸਦਕਾ ਸਾਡੇ ਸਾਰੇ MLA ਸਾਹਿਬਾਨ ਨੇ, ਜਿਹੜੇ 8 MLA ਸਾਹਿਬਾਨ ਨੇ, ਖਹਿਰਾ ਸਾਹਿਬ ਨੇ, ਸਾਡੇ ਜਿਹੜੇ ਵਰਕਰ ਨੇ, ਅਹੁਦੇਦਾਰ ਨੇ, ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ, ਅਤੇ ਲੋਕ ਬਹੁਤ ਵਧੀਆ ਰਿਸਪੋਂਸ ਦੇ ਰਹੇ। ਅਤੇ ਉਮੀਦ ਹੈ ਕਿ ਜਿਹੜਾ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ, ਪੰਜਾਬੀ ਏਕਤਾ ਪਾਰਟੀ ਨੂੰ ਬਹੁਤ ਵਧੀਆ ਰਿਸਪੋਂਸ ਮਿਲੇਗਾ ਉਹਨਾਂ ਚੋਣਾਂ ਵਿੱਚ।